ਹੁਣ ਮੈਂ ਗੱਲਾਂ ਕਵਾਂ ਪੰਜਾਬ ਸਰਕਾਰ ਨੇ ਕੀ ਕੀ ਕਰਤਾ। ਮੈਨੂੰ ਲੱਗਦਾ ਹੁਣ ਤਾਂ ਮੈਨੂੰ ਦੱਸਣ ਦੀ ਲੋੜ ਹੀ ਨਹੀਂ, ਸਾਨੂੰ ਪਤਾ। ਮਹੱਲਾ ਕਲੀਨਿਕ ਖੁੱਲ ਗਏ, 97 ਲੱਖ ਬੰਦੇ ਮਹੱਲਾ ਕਲੀਨਿਕਾਂ ਚੋਂ ਦਵਾਈਆਂ ਲੈ ਕੇ ਠੀਕ ਹੋ ਕੇ ਵਾਪਸ ਘਰੇ ਜਾ ਚੁੱਕੇ। 97 ਲੱਖ ਅੱਜ ਦੀ ਤਰੀਕ ਚ ਟਿਲ ਡੇਟ। ਸਕੂਲ ਬਣਾ ਰਿਹਾ, ਸਕੂਲ ਆਫ ਐਮੀਨੈਂਸ ਖੁੱਲ ਰਹੇ ਨੇ। ਅਰਵਿੰਦ ਕੇਜਰੀਵਾਲ ਜੀ ਨੇ ਬੜਾ ਵਧੀਆ ਤਜਰਬਾ ਕੀਤਾ ਦਿੱਲੀ ਚ। ਕਾਮ ਕੀ ਰਾਜਨੀਤੀ, ਨਾਮ ਕੀ ਰਾਜਨੀਤੀ ਨਹੀਂ, ਕਾਮ ਕੀ ਰਾਜਨੀਤੀ। ਬੜਾ ਸਫਲ ਹੋਇਆ ਦਿੱਲੀ ਦੇ ਸਕੂਲ, ਦਿੱਲੀ ਦੇ ਮਹੱਲਾ ਕਲੀਨਿਕ, ਦਿੱਲੀ ਚ ਬਿਜਲੀ ਪਾਣੀ ਫ੍ਰੀ। ਉਹੀ ਫੈਸਲਾ ਸੀ ਇੱਥੇ ਕਰਤਾ ਤਾਂ ਸਿੱਖਣ ਸਿੱਖਣ ਚ ਕੀ ਹਰਜ ਹੈ ਬਈ, ਭਾਵੇਂ ਜਿੱਥੋਂ ਮਰਜ਼ੀ ਸਿੱਖ ਲਓ। ਭ੍ਰਿਸ਼ਟਾਚਾਰ ਦੇ ਖਿਲਾਫ ਫੋਨ ਨੰਬਰ ਜਾਰੀ ਕੀਤੇ। ਮੈਂ ਨਹੀਂ ਕਹਿੰਦਾ ਸਾਰੇ ਕਰਪਸ਼ਨ ਖਤਮ ਹੋ ਗਈ ਹੋਊ, ਪਰ ਬਹੁਤ ਘੱਟ ਗਈ। ਲੁਧਿਆਣਾ ਹੱਬ ਹੈ ਇੰਡਸਟਰੀ ਦਾ, ਬਹੁਤ ਸਾਰੇ ਮੇਰੇ ਦੋਸਤ ਮਿੱਤਰ ਆਏ ਵੀ ਹੋਣਗੇ ਇੰਡਸਟਰੀ ਤੋਂ। ਵੱਡੇ ਵੱਡੇ ਇੰਡਸਟਰੀਅਲ ਜਿਹੜੇ ਹੱਬ ਨੇ ਉਹ ਆ ਰਹੇ ਨੇ। ਪਾਲਸੀਆਂ ਸੌਖੀਆਂ ਕਰਤੀਆਂ, ਹੁਣ ਤੱਕ ਘੱਟੋ ਘੱਟ 65,000 ਕਰੋੜ ਰੁਪਈਏ ਦੀ ਇਨਵੈਸਟਮੈਂਟ ਆ ਚੁੱਕੀ ਹੈ, ਜਿਹੜੀ ਲੱਗ ਚੁੱਕੀ ਹੈ। ਉਹਦੇ ਨਾਲ 2,98,000 ਮੁੰਡੇ ਕੁੜੀਆਂ ਨੂੰ ਕੰਮਕਾਰ ਮਿਲੂਗਾ ਜੀ, 2,98,000 ਨੂੰ। ਮੈਂ 3 ਲੱਖ ਵੀ ਕਹਿ ਸਕਦਾ ਸੀ, ਪਰ ਨਹੀਂ, ਮੈਂ ਉਨੇ ਹੀ ਕਹੂੰਗਾ ਜਿੰਨੇ ਹੁੰਦੇ ਨੇ।